ਟਾਈਵਨ ਆ ਕੇ ਸਮੋਕ ਦੇ ਮੇਰੇ ਵੀ ਤਾਂ ਫਿਊਚਰ ਪਰ ਲਾਈਨ ਪੜੇ ਨੇ ਤੂੰ ਜੱਟ ਨਾਲ ਯਾਰੀ ਲਾਹ ਪਾਜੀ ਇਹ ਕਿਹੜੀ ਗੱਲ ਹੈ ਜੇ ਮੈਂ ਵੀਡੀਓ ਚ ਕਰਦਾਗਾ ਹਾਂਜੀ ਹਾਂ ਜਦੋਂ ਵੀਡੀਓ ਸ਼ੁਰੂ ਹੋਵੇਗੀ ਨਾ ਉਹ ਹੋ ਗਈ ਵੀਡੀਓ ਸ਼ੁਰੂ ਹੋ ਗਈ ਹੋ ਗਈ ਹੋ ਗਈ ਓਕੇ ਬਾਵਾ ਚੰਗਾ ਸੋ ਆਗੇ ਤੇ ਜੀ ਤੁਹਾਡਾ ਸਾਰਿਆਂ ਦਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਕੁੱਤੇ ਖਾਣੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਆ ਕੇ ਦੀ ਟਰੂੰ ਟਰੂੰ ਵੱਜਣ ਲੱਗ ਪਈ ਹੈਲੋ ਓ ਜਰਵਿੰਦਰ ਭਾਈ ਯਾਰ ਤੁਨ ਮਾਖਿਆ ਮੈਂ ਵੀਡੀਓ ਦੇ ਵਿੱਚ ਮਸ਼ਹੂਰੀ ਕਰ ਦਿੰਨਾ ਮੈਂ ਸਟਾਰਟਿੰਗ 'ਚ ਨਹੀਂ ਕਰਨੀ ਜਦ ਤੂੰ ਫੋਨ ਨਾ ਲਾ ਮੇਰੀ ਵੀਡੀਓ ਬੰਦੀ ਪਈ ਏ ਹੈ ਉਹ ਯਾਰ ਇਹਨੂੰ ਨਹੀਂ ਬੰਦ ਇਹ ਯਾਰ ਤੁਸੀਂ ਲਾਓ ਮਸ਼ਹੂਰੀ ਦੀ ਲਾਓ ਆ ਯਾਰ ਡਾਊਨਲੋਡ ਕਰ ਲਿਓ ਜੋ ਕਹਿੰਦਾ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਕਰਛੜੀ ਮਸ਼ਹੂਰੀ ਹੋਣਾ ਦੀ ਟੱਟੀ ਖੋਲ ਕੇ ਚੋਤੀ ਤੇ ਆ ਬੱਚਿਆ ਚਲ ਸਹੀ ਓਕੇ ਬਾਈ ਯਾਰ ਕੱਲ ਨਾ ਮੈਂ ਸੀ ਨਾ ਪਰਸੋਂ ਮੈਂ ਸੀ ਪਾਕਿਸਤਾਨ ਤੇ ਇੰਗਲੈਂਡ ਦਾ ਪਾਕਿਸਤਾਨ ਵਿੱਚ ਹਾਰ ਗਿਆ ਹੀ ਸੇਰ ਇ ਲੈਗ ਸਾਈਡ ਇਟਸ ਬੈਨ ਸਟੋਕਸ ਵਿਦ ਦਾ ਵਿਨਿੰਗ ਰਨਸ ਹੂ ਐਲਸ ਇਟਸ ਆਲਵੇਸ ਬੈਨ ਸਟੋਕਸ ਵਿਦ ਦਾ ਵਿਨਿੰਗ ਰਨਸ ਚੱਕੂਏ ਨਹੀਂ ਹਾਰ ਜਿੱਤ ਤੇ ਬਣੀ ਹੈ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਮੈਂ ਤੇ ਪਾਕਿਸਤਾਨ ਨੂੰ ਇਹੀ ਕਹਿਣਾ ਚਾਹੁੰਦਾ ਵਾ ਆਪਣੇ ਸਭ ਤੋਂ ਪਹਿਲੇ ਘਬਰਾਉਣਾ ਨਹੀਂ ਹੈ ਕਈ ਕਹਿਣਗੇ ਇੰਡੀਆ ਤੇ ਫਾਈਨਲ 'ਚ ਵੀ ਨਹੀਂ ਪਹੁੰਚਿਆ ਉਹ ਮੈਨੂੰ ਪਤਾ ਹੈ ਇੰਡੀਆ ਤੇ ਫਾਈਨਲ 'ਚ ਵੀ ਨਹੀਂ ਪਹੁੰਚਿਆ ਪਾਕਿਸਤਾਨ ਦੇ ਇੰਡੀਆ ਨੂੰ ਵਧੀਆ ਖੇੜ ਗਿਆ ਜਿਹੜਾ ਫਾਈਨਲ 'ਚ ਪਹੁੰਚ ਗਿਆ

ਮੈਚ ਵਿੱਚ ਇੱਕ ਮੈਚ ਖੇਡਣ ਦਾ ਇੱਕ ਖਿਡਾਰੀ ਨੂੰ 3 ਲੱਖ ਰੁਪਏ ਮਿਲਦਾ ਹੈ ਜਾਨੀ ਕਿ 4-5 ਘੰਟੇ ਮਿਹਨਤ ਕਰਕੇ ਉਹਨੂੰ 3 ਲੱਖ ਰੁਪਏ ਮਿਲਦਾ ਹੈ ਉਧਰ ਹੀ ਇੱਕ ਖਿਡਾਰੀ 60 ਸੈਕਿੰਡ ਮਸ਼ਹੂਰੀ ਕਰਦੇ 2 ਤੋਂ 3 ਕਰੋੜ ਰੁਪਏ ਲੈ ਰਿਆ ਹੁਣ ਤੁਸੀਂ ਆਪ ਦੱਸੋ ਸਿਆਣੇ ਹੋ ਬਦਲਾ ਕਿੱਧਰ ਜਾਏਗਾ ਜਿੱਧਰ ਜਾਦਾ ਪੈਸਾ ਮਿਲਦਾ ਵੇ ਜਿੱਧਰ ਘੱਟ ਪੈਸਾ ਮਿਲਦਾ ਵੇ ਵੱਧ ਮਿਹਨਤ ਕਰਕੇ ਤੁਸੀਂ ਆਪ ਸੋਚੋ ਯੂਜ਼ ਯੂਰ ਬ੍ਰੇਡ ਨਾਰਮਲ ਗੱਲ ਹੈ ਬੰਦਾ ਉਧਰ ਹੀ ਹੈ ਕਿ ਨਾ ਜਿੱਧਰ ਜਿਆਦਾ ਮਿਹਨਤ ਕੀਤੇ ਆ ਤੇ ਘੱਟ ਪੈਸਾ ਹੈ ਕੀ ਗਾਇ ਯਾਰ ਇਹ ਨਾ ਨਾਰਮਲ ਗੱਲ ਹੈ ਬੰਦਾ ਉਧਰ ਹੀ ਹੈ ਕਿ ਨਾ ਜਿੱਧਰ ਘੱਟ ਮਿਹਨਤ ਕੀਤੇ ਆ ਵੱਧ ਪੈਸਾ ਮਿਲਦਾ ਹੁਣ ਮੈਂ ਸਹੀ ਬੋਲਿਆ ਹਾਂ ਨਾਰਮਲ ਗੱਲ ਹੈ ਯਾਰ ਇਹ ਕਿਹੜੀ ਗੱਲ ਹੈ ਸੋਚਣ ਵਾਲੀ ਉਧਰ ਗੈਰੀ ਸੰਧੂ ਭਾਜੀ ਨੂੰ ਰੋਹਿਤ ਸ਼ਰਮਣ ਪਛਾਣਣ ਤੋਂ ਇਨਕਾਰ ਕਰਤਾ ਰੋਹਿਤ ਸ਼ਰਮਣ ਗੈਰੀ ਸੰਧੂ ਦੇ ਕੋਲ ਗਿਆ ਵੇਖ ਕੇ ਉਹਨੂੰ ਕਹਿੰਦਾ ਤੂੰ ਕੌਣ ਹੈ ਵੇ ਅੱਦਈ ਉਹ ਇਸੇ ਮਿੱਦਈ ਉਹ ਹੀ ਹੈ ਗੈਰੀ ਸੰਧੂ ਸਾਹਿਬ ਆਪਣੇ ਮੂੰਹ ਤੋਂ ਹੀ ਦੱਸੋ ਔੜ ਨਾਲ ਕੀ ਹੋਇਆ ਤੇ ਜਿਆਦਾ ਵਧੀਆ ਲੱਗੇਗਾ ਜਿਆਦਾ ਸਵਾਲ ਸਵਾਦ ਆਏਗਾ ਕੀ ਹੋਇਆ ਮੇਰੇ ਭਰਾ ਨੂੰ ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ ਆਪਾਂ ਵੀ ਕਰਕੇ ਸ਼ੋਅ ਲਾਉਣਗੇ ਸੀ ਹੈਡਲਾਈਟ ਵਿੱਚ ਠੀਕ ਹੋ ਗਿਆ ਮੇਰਾ ਵੀਰ ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ ਯਾਨੀ ਕਿ ਉਹ ਕੰਮਕਾਰ ਕਰ ਰਹੇ ਸੀ ਤੁਸੀਂ ਵੇਲੇ ਸੀ ਉਂਗਲ ਕਰ ਰਹੇ ਸੀ ਹਾਂਜੀ ਅੱਗੇ ਤੇ ਰੋਹਿਤ ਸ਼ਰਮਾ ਬਾ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਝ ਨਹੀਂ ਮੈਂ ਸਿੱਧਾ ਬਾਈਆ ਨੂੰ ਕਿਹਾ ਮੈਂ ਕਿਹਾ ਬਾਈ ਸਸਰੀਕਾਲ ਮੇਰੀ ਸਸਰੀਕਾਲ ਉਹਨੇ ਕਿਤੇ ਦੇਖੀ ਤੋਨੇ ਭਾਜੀ ਤੁਹਾਡੇ ਕੋਲ ਜਮੈਂ ਨਹੀਂ ਦੇਖਿਆ ਐ ਕਰੀ ਮੇਰੇ ਹਾਲ ਦੇਖਿਆ ਉਹ ਸਦਾ ਸ਼ਾਇਦ ਮਾਨੂੰ ਸਸਰੀਕਾਲ ਨਹੀਂ ਚੰਗੀ ਲੱਗੀ ਮੇਰੀ ਨਹੀਂ ਨਹੀਂ ਸਸਰੀਕਾਲ ਤੇ ਉਹਨੂੰ ਚੰਗੀ ਲੱਗੀ ਤੁਸੀਂ ਗਏ ਸੀ ਕੱਲੇ ਮੇਰਾ ਖਿਆਲ ਜੀ ਖਾਨ ਨਾਲ ਲੈ ਗਏ ਸੀ ਲੈ ਕੇ ਜਾਂਦੇ ਕਿਤੇ ਜੈਸਮੀਨ ਭਾਬੀ ਨੂੰ ਨਾਲ ਮੇਰੀਆਂ ਅੱਖਾਂ ਚੋਂ ਪੱਗ ਪਾਲਾ ਜੇ ਤੇਰਾ ਜੀਜਾ ਕਰਦਾ ਹੈ ਨੇ ਨੀ ਮੈਂ ਪੈਗ ਲਾਂਦਾ ਨਹੀਂ ਤੁਸੀਂ ਮੈਨੂੰ ਪੈਗੇ ਛੱਡੋ ਕਿੱਲੋਕ ਦੁੱਦੀ ਪਾ ਦੋ ਚਲੋ ਯਾਰ ਹੁਣ ਕੋਈ ਸੀਰੀਅਸ ਗੱਲਾਂ ਕਰ ਲਈਏ ਐਵੇਂ ਨਹੀਂ 24 ਘੰਟੇ ਚਵਲਾ ਮਰੀ ਜਾਈ ਦੇਖੀ ਖੀ 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 ਸੀਰੀਅਸ ਗੱਲ ਆਵੇ ਕਿ ਜਿਹੜਾ ਮੁੰਡਾ ਹੈ ਨਹੀਂ ਜਿਹੜਾ ਪੰਗੜਾ ਸਖਾਂਦਾ ਯਾਰ ਬੱਲੂ ਰਾਮ ਗੜਿਆ ਆਪਣਾ ਮਿੱਤਰ ਆਇੜਾ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਗੱਟੀਆਂ ਧੂਪੋਂ ਨੀਂਗੀ ਐ ਮੁੰਡਾ ਜਦ ਸਿੱਧੀ ਗੱਲ ਐ ਮੁੰਡੇ ਦੀ ਵੇਖੋ ਕੀ ਹੋਇਆ ਸੁਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੀ ਜੇ ਅਗੇ ਛੋਟਾ ਭਰਾ ਹੀ ਹੈ ਮੇਰਾ ਅੱਛਾ ਪੜ੍ਹਿਆ ਤੁਸੀਂ ਸਾਰੇ ਜਾਣਦੇ ਹੋਗੇ ਪੰਗੜਾ ਕਿ ਪੰਗੜਾ ਬਹੁਤ ਵਧੀਆ ਪਗੜਾ ਸਿਖਾਉਂਦਾ 80 ਨੇ ਜਾਣਦੇ ਵੀਰੇ ਉਦਾਸਲੀ ਉਹਨਾ ਵੀਰੇ ਦਾ ਅਕਾਊਂਟ ਐਕਚੁਅਲੀ ਕਿਸੇ ਨੇ ਹੈਕ ਕਰ ਲਿਆ ਇਹਨਾਂ ਦੇ ਕਿਸੇ ਖਾਸ ਨੇ ਇਹ ਕੰਮ ਕੀਤਾ ਉਹ ਫਿਰ ਉਹ ਖਾਸ ਨੇ ਨਹੀਂ ਇਹਨਾਂ ਦੇ ਘਰ ਦੇ ਨੇ ਕੀਤਾ ਬਹੁਤੇ ਖਾਸ ਨੇ ਘਰ ਛਟਿਆ ਘਰ ਦੇ ਵਿਚਾਰੇ ਤੰਗ ਆ ਗਏ ਹੋਣੇ ਕਿ ਬੰਦ ਟਪੂਜ਼ੀਆਂ ਮਾਰ ਦਰੰਦਾ ਉਹਨਾਂ ਨੇ ਪੜ ਕੇ ਅਕਾਊਂਟ ਡਿਲੀਟ ਕਰਤਾ ਲੋਕ ਖੋਤਾ ਹੀ ਖੂਜ ਪਾ ਛੱਡਿਆ ਉਹਨਾਂ ਨੇ ਇਨ ਰਿਕੁਐਸਟ ਹੈ ਕਿ ਅਸੀਂ ਅਸਲੀ ਨਾ ਜਿਹੜਾ ਨਵਾਂ ਅਕਾਊਂਟ ਹੈ ਮੈਂਸ਼ਨ ਕਰ ਰਹੇ ਹਾਂ ਪਲੀਜ਼ ਜਾ ਕੇ ਵੀਰੇ ਨੂੰ ਸਪੋਰਟ ਕਰੋ ਦੁਬਾਰਾ ਕਿਉਂਕਿ ਇੱਕ ਬੰਦਾ ਨਾ ਬਹੁਤ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚਦਾ ਹੈ ਜਿਨ੍ਹਾਂ ਦਾ ਇੰਸਟਾਗ੍ਰam ਅਕਾਊਂਟ ਤੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਉਹ ਫਾਲੋਅਰਸ ਗੇਨ ਕੀਤੇ ਸੀ ਜੋ ਕਿ ਹੈਕਡ ਹੋ ਗਏ ਆ ਸੋ ਪਲੀਜ਼ ਜਾ ਕੇ ਵੀਰੇ ਨੂੰ ਸਪੋਰਟ ਕਰੋ ਤੇ ਫਾਲੋ ਕਰੋ ਵੀਰੇ ਦੋਣਾ ਨਹੀਂ ਆਏਗਾ ਠੀਕ ਹੈ ਸੋ ਜੀ ਨਹੀਂ ਹੈ ਤੇ ਸਾਰੇ ਹੈਗੇ ਤੁਹਾਡੇ ਨਾਲ ਟੈਨਸ਼ਨ ਨਾ ਲੋ ਅਸੀਂ ਨਹੀਂ ਹੈਗੇ ਨਾ ਨਾ ਭਰਾ ਤੁਹਾਡੇ ਤੇ ਨਾ ਰਹੀ ਵੇ ਕੈਸੇ ਖੁੰਨੇ ਬਣ ਜਾਂਦੇ ਨੇ ਜਦੋਂ ਕੋਈ ਕਾਊਂਟ ਡਿਲੀਟ ਹੋ ਜੇ ਨਾ ਵੀ ਸਾਲੇ ਆਪਣਾ ਫਿਊਚਰ ਸਮਝ ਕੇ ਬਹਿ ਜਾਂਦੇ ਨੇ ਉਹ ਕਾਊਂਟ ਇੱਕ ਦਾਦੇ ਹੀ ਮੰਗਾਉਣਿਆ ਮੇਰੇ ਕੋ ਡਾਂਗ ਲਾ ਮੈਂ ਗੱਦੀ ਲਾ ਤਾ ਇਹ ਇੱਥੇ ਮੈਂ ਤਾਂ ਨਹੀਂ ਡਾਂਗ ਵਜਾਣੀ ਨਹੀਂ ਤੇ ਸਾਡੇ ਗਵਾਂਢੀਆਂ ਨੇ ਉੱਠ ਪੈਣਾ ਖੋਤੀ ਦੇ ਬੱਚਾ ਨੇ ਤੇ ਡਾਂਗ ਮੈਂ ਤੇਰੇ ਵਰਾਣੀ ਸੀ ਕੋਈ ਨਹੀਂ ਸੂਰਜੀ ਚੜ ਲਾਂਦੇ ਮੇਰੇ ਵੀਡੀਓ ਬਣਾਉਂਦੇ ਪਹਿਲੇ ਸੂਰਜ ਚੜ ਜਾਣਾ ਫਿਰ ਡਾਂਗ ਪੈਰਾਂਗੇ ਤੇਰੇ ਅੰਨੀ ਤੇ ਕੀ ਡਰਾਮੇ ਨੇ ਨਿਆਣਿਆਂ ਵਾਂਗੂ ਲਾਇਏ ਅਗਲੀ ਗੱਲ ਵੱਲ ਵਧਦੇ ਆ ਰਾਜਿਸ ਦਿਨ ਤੂੰ ਮੇਰੀ ਗਾਲ ਬੋਲੇਗੀ ਮਰ ਜਾਨੀ ਹਰਾ ਮਾ ਕਾ ਨੈ ਮੂ ਉਸ ਦਿਨ ਕਮਾਲ ਮਲਕ ਸਾਹਿਬ ਇੱਕ ਗੱਲ ਦੱਸੋ ਇਮਾਨਦਾਰੀ ਨਾਲ ਗੱਲ ਦੱਸਿਓ ਤੁਹਾਡਾ ਸਿਰ ਨਹੀਂ ਦੁਖਦਾ ਇੱਕੋ ਗਾਣੇ ਤੇ ਰੀਲਾ ਬਣਾ ਬਣਾ ਕੇ ਇਹਨਾਂ ਦਾ ਕੋਈ ਨਵਾਂ ਗਾਣਾ ਆ ਇਹਨਾਂ ਨੇ ਆਪ ਹੀ ਗਾਇਆ ਪਤਨੀ ਆਪ ਹੀ ਵਿੱਚ ਮੋਡਲਿੰਗ ਮੋਡਲਿੰਗ ਕੀਤੀ ਉਹ ਗਾਣੇ ਆਉਣ ਦੋਸਤੇ ਉਹ ਚੱਲੇ ਨੇ ਪਰ ਇਹ ਟੱਬਰ ਅਜੇ ਵੀ ਨਹੀਂ ਥੱਕਿਆ ਰੀਲਾ ਬਣਾ ਬਣਾ ਕੇ ਦੋ ਹਫਤੇ ਯਾਰ ਇੱਕ ਤੁਸੀਂ ਇੱਕ ਦਿਨ ਗਾਣਾ ਸੁਣ ਲੋਗੇ ਦੋ ਦਿਨ ਸੁਣ ਲੋਗੇ ਤਿੰਨ ਦਿਨ ਰੀਲਾ ਬਣਾ ਲੋਗੇ ਚਾਰ ਦਿਨ ਦੋ ਹਫਤੇ ਹੋ ਗਏ ਨੇ ਤੇ ਪਹਿਲੇ ਦਿਨ ਨਾ ਮਲਿਕਾ ਜਿੱਦਣ ਗਾਣਾ ਹੈ ਨਾ ਕ੍ਰਿਤਿਕਾ ਮਲਿਕ ਕਹਿੰਦੀ ਏ ਆ ਵੇਖੋ ਕ੍ਰਿਤਿਕਾ ਮਲਿਕ ਨੇ ਰੀਲ ਬਣਾਈ ਕਹਿੰਦੀ ਗਾਇਸ ਮੇਕ ਰੀਲਸ ਓਨ ਥਿਸ ਸੌਂਗ ਤੇ ਕਿਸੇ ਨੇ ਨਹੀਂ ਬਣਾਈਆਂ ਕਿਸੇ ਨੇ ਨਹੀਂ ਬਣਾਈਆ ਆਪੇ ਫਿਰ ਬਣਾ ਲੱਗ ਪਏ ਜਿਮ ਵਿੱਚ ਜਾਂਦੇ ਵੇਖਿਓ ਪਤਾ ਨਹੀਂ ਕਿੰਨੀਆਂ ਗਰੀਲਾ ਬਣਾਈਆਂ ਜਰੇ ਇਸ ਗਾਣੇ ਤੇ ਤੁਸੀਂ ਮੈਂ ਤੁਹਾਨੂੰ ਦੋ ਤਿੰਨ ਦਿਖਾਣੀਆਂ ਨੇ ਇਦੇ ਪੇਜ ਤੇ ਜਾਇਓ ਯਾਰ ਇਦੇ ਪੇਜ ਤੇ ਜਾਇਓ ਆ ਵੇਖੋ ਸਾਰੀਆਂ ਜੇਬ ਵਿੱਚ ਹੈ ਕੋਈ ਸਾਂਸੀ ਨਹੀਂ ਆਲੇ ਸਿਰਫ ਪਿਛਵਾੜਾ ਲੈ ਰੋਟੀ ਬਣਾਉਂਦੇ ਆ ਮਾਰ ਥੋਕਾ ਮਾਰ ਕਹਿ ਨਹੀਂ ਤੁਹਾਡੀਆਂ ਕਰਤੂਤਾਂ ਕਰਕੇ ਤੁਹਾਡੇ 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 ਗਾਣੇ ਦੀ ਗੁਰੀਲਾਣੀ ਬਣਾਉਂਦਾ ਖੋਤੀ ਦੇ ਬੱਚੇ ਉਹਨਾਂ ਨੂੰ ਪਤਾ ਰੋਜ਼ ਰੋਜ਼ ਬੂਥਾ ਚੱਕਿਆ ਜਾਂਦੇ ਆ ਵੇਖੋ ਡੇਗ ਡੇਗ ਕੰਦ ਸਿਰ ਮਾਰ ਕੰਦ ਚ ਖੋਤੇ ਦੀ ਬੱਚੀ ਆ ਆ ਪਿੱਛੇ ਡੰਗਰ ਵੇਖੋ ਲੈ ਵੇਹ ਲੋ ਲੈ ਲੈ ਜਾਣ ਸਮਸਾ ਦੇ ਉੜ ਕੱਚੀ ਮੱਛੀ ਕੱਚੀ ਮੱਛੀ ਕੱਚੀ ਮੱਛੀ ਖੋਤੇ ਦੀ ਬੱਚੀ ਆ ਵੇਖੋ ਪਿਛਵਾੜੇ ਵਟੂ ਇਹ ਲਹਾਣੇ ਨੇ ਨਾ ਨੇ ਉਰ ਕੋਈ ਕੰਮ ਨਹੀਂ ਕੋਈ ਧਾਂਦ ਦੱਸਦੇ ਭਣੇ ਵੀ ਇੰਨੇ ਸੈੱਟ ਲਾਓ ਸਿਆ ਜਿਮ ਕਰਦੇ ਪਿਆ ਹਨਾ ਕੁਛ ਨਹੀਂ ਕੋਈ ਐਜੂਕੇਟ ਨਹੀਂ ਕਰ ਰਿਹਾ ਪਿਛਵਾੜਾ ਦਿਖਾ ਰਿਹਾ ਪਿਛੋੜਾ ਹੈ ਵੀ ਕੰਡਾ ਪਿਆ ਚੋ 55 ਕਿਲੋ ਦਾ ਛੋਟੇ ਦੀ ਬੱਚੀ ਮੈਨੂੰ ਨੇ ਤਾਂ ਗੁੱਸਾ ਪਤ ਕਾ ਤੂੰ ਚੇੜਦਾ ਇਹਨਾਂ ਨੇ ਯਾਰ ਇੱਕ ਸਾਡਾ ਬੰਦਾ ਵਗਾੜ ਦਿੱਤਾ ਪ੍ਰਿਤਿਕਾ ਮਲਕ ਦੀ ਰੀਲ ਵੇਖ ਕੇ ਉਹ ਖੋਤੀ ਦੇ ਬੱਚੇ ਨੇ ਵੀ ਜਿਮ जॉइन ਕਰ ਲਈਏ ਜਿਮ ਕਰਨਾ ਕੋ ਮਾੜੀ ਗੱਲ ਨਹੀਂ ਪਰ ਬੰਦਾ ਘਰ ਵੀ ਆਵੇ ਨਾ ਇਹ ਖੋਲਤੀ ਦਾ ਬੱਚਾ ਤੁਸੀਂ ਮੇਰੇ ਪ੍ਰੋਗਰਾਮ ਚ ਕਦੀ ਵੀਡੀਓ ਚ ਵੇਖਿਆ ਮੋਦੀ ਕਦੀ ਆਇਆ ਹੋਵੇ 24 ਘੰਟੇ ਜਿਮ ਚ ਰਹਿੰਦਾ 24 ਘੰਟੇ ਪਤਾ ਨਹੀਂ ਕਿਹੜੀ ਮਾਂ ਨੇ ਇਹਨੇ ਬੋਡੀ ਬਣਾ ਕੇ ਤੇ ਖਾਣੀ ਹੈ ਅੱਛਾ ਜੀ ਅਗਲੀ ਗੱਲ ਕਿ ਪੰਜਾਬ ਦੇ ਵਿੱਚ ਜਿਹੜੀ ਟਿਕਟੋਕਰ ਨਹੀਂ ਵੇਖ ਲੋ ਇੰਸਟਾਗ੍ਰਾਮਰ ਵੇਖ ਲੋ ਵਲੋਗਰ ਵੇਖ ਲੋ ਉਹ ਹੀ ਫਿਰਦੀ ਏ ਯਾਰ ਮੈਨੂੰ ਤਾਂ ਇਸ਼ਾਰਾ ਵੀ ਨਹੀਂ ਆਉਂਦੀ ਵੀ ਮੇਰੇ ਕੋ ਨਹੀਂ ਕਹਿਣ ਹੋਣਾ ਉਹ ਯਾਰ ਉਹ ਹੀ ਫਿਰਦੀ ਏ ਉਹ ਯਾਰ ਜੋ ਨਹੀਂ ਭਾਜੀ ਤੁਸੀਂ ਕਹੋ ਕੰਮਿਲ ਮੈਂ ਮਾਸੂਮਾ ਹੈ ਕਿ ਤੁਲੂ ਮੈਂ ਬੰਜੀ ਨਾਲ ਤੇਲਗੂ ਮੈਂ ਪੁੱਟਤੋ ਹੁੰਦੀ ਅਰੇ ਹਿੰਦੀ ਮੈਂ ਬਤਾਉਂ ਹਿੰਦੀ ਮੈਂ ਗਰਬਵਤੀ ਮਿੰਬਾ ਤੇੜੀ ਰਾਨੋ ਨਾਲ ਕਿਹੜੀ ਗੱਲ ਗਰਬਤੀ ਗਰਬਤੀ ਹੋਣ ਵਾਲੀਆਂ ਪਹਿਲੇ ਨੰਬਰ ਤੇ ਆ ਵੇਖੋ ਗਰਬਤੀ ਬਾਰ ਹੈ ਵਾ ਨਿੱਕੀ ਦੀਏ ਇਹ ਕੁੜੀ 18-19 ਸਾਲਾਂ ਦੀ ਹੋਣੀ ਵੇਹ ਜਿਹੜਾ ਢਿੱਡ ਚ ਉਹ ਨਹੀਂ 18-3 ਸਾਲਾਂ ਦਾ ਜਿਹਨੇ ਜਮਣਾ 18-19 ਸਾਲਾਂ ਦੀ ਹੈ ਉਹ ਤੀ ਦੇ ਬੱਚੇ ਗੱਲ ਸਮਝ ਜਾ ਆ ਲੋ ਕੱਲ ਮuje ਫਾਈਨਲੀ 8 ਵੀਕਸ ਕੰਪਲੀਟ ਹੋ ਜਾਣਗੇ ਔਰ ਯੇ 1 ਵੀਕ ਕੰਪਲੀਟ ਇਸ ਸਕੈਨ ਕੇ ਲਿਏ ਜਾਉਂਗੀ ਔਰ क्या होगा क्या नहीं होगा मतलब ना एक्साइटमेंट रह रही है है तो तो बस वेट नहीं है कल का जब ही दिखेगा? ही दिखेगा? क्योंकि वो जो चीज होती है ना वो मतलब की ना एक ऐसी होती है जिसको हम बयान नहीं कर सकते हाँ। कैसी खुशी होती है जिसको हम अपने शब्दों में नहीं बोल सकते तो नहीं बोल सकते नंबर दी है तू ਇੱਕ ਨੰਬਰ ਦੀ ਝੂਠੀ ਕੋਈ ਖੁਸ਼ੀ ਖਾਸ਼ੀ ਨਹੀਂ ਹੁੰਦੀ ਤੂੰ ਸਿੱਧਾ ਬੰਦਿਆਂ ਨੂੰ ਦੱਸੇ ਵੀ ਵਲੌਗ ਬਣਾਣ ਦੀ ਮੈਨੂੰ ਖੁਸ਼ੀ ਏ ਲੋਕਾਂ ਨੂੰ ਦੱਸਣ ਦੀ ਖੁਸ਼ੀ ਆ ਮੇਰਾ ਟੰਮੀ ਹੀ ਨਿਕਲ ਗਿਆ ਮੇਰਾ ਅੱਜ ਦਾ ਬੱਚਾ ਜਮਾਂ ਦੀ ਖੁਸ਼ੀ ਨਹੀਂ ਵਲੌਗ ਬਣਾਣ ਦੀ ਖੁਸ਼ੀ ਅੰਨੀ ਤੋਂ ਜੰਮਣ ਲੱਗਿਆ ਉਹਦੇ ਪਾਲਣ ਪੋਸ਼ਣ ਸਹੀ ਕਰ ਲੋ ਇੱਕ ਇਹਨਾਂ ਨੇ ਜਮਿਆ ਚਿਕੂ ਜਿਹੜਾ ਵਿਚਾਰਾ ਮੈਂ ਉਹਨੂੰ ਰੋਸਟ ਨਹੀਂ ਕਰਨਾ ਚਾਹੁੰਦਾ ਜਿਹੜਾ ਰਮਨ ਮਲਕ ਇਹਨਾਂ ਦਾ ਬੱਚਾ ਵੇ ਪਾਇਲਟ ਰੰਦਾ ਚਿਕੂ ਇਹਨਾਂ ਹੁੰਦਾ ਨਾ ਉਹ ਤੇ ਚਰ ਤੁਹਾਡੇ ਕੋ ਸੰਭਰ ਨਹੀਂ ਹੁੰਦਾ ਥੋੜੀ ਮਜ਼ਾਦਦਾ ਰੱਖੀਏ ਚੋ ਛੱਡੋ ਯਾਰ ਬੱਚੇ ਨੂੰ ਵਿਚਾਰੇ ਨੂੰ ਕੀ ਵਿੱਚ ਆ ਤੁਰ ਮੈਂ ਕਹਿੰਦਾ ਪੰਜਾਬ ਚ ਸੀਜ਼ਨ ਚੱਲ ਰਿਹਾ ਬੱਚਿਆਂ ਦਾ ਲੋ ਤਾਂ ਬੇਬੀ ਕਿੱਕ ਕਰ ਰਿਹਾ ਹਾਂ ਸੰਦੀਪ ਕਰ ਰਿਹਾ ਝੂਠ ਸਾ ਝੂਠ ਇਹ ਵੀ ਝੂਠ ਸਿੱਧਾ ਬੌਂਡ ਸਿੱਧਾ ਬੌਂਡ ਸਿੱਧਾ ਕਰ ਸਾਲਿਆ ਭਜੇ ਤਾਂ ਕਿੱਥੇ ਝੂਠ ਬੋਲਣ ਰਿਹਾ ਹਾਂ ਸੰਦੀਪ ਕਰ ਰਿਹਾ ਬਾਸ ਸਾਲਾ ਝੂਠਾ ਇਕ ਨਬਰ ਦਾ ਬੇਬੀ ਕਿੱਕ ਕਰ ਰਿਹਾ ਅਲਟਰਾਸਾਉਂਡ ਵਿੱਚ ਆਈ ਪ੍ਰੋਬਲਮ ਤੇਰਾ ਪੜਾਉ ਜੇ ਓਹੋ ਇਹ ਤਾਂ ਬੜਾ ਸੀਰੀਅਸ ਮੈਟਰ ਐ ਚੜ ਕੇ ਆ ਗਏ ਜੀਤੇ ਇਹ ਕਿਹੜੀ ਗਲਤੀ ਖੋਤੀ ਤੇ ਆ ਬਾਵਾ ਟੋਂਗਰ ਤੇਲ ਲਾ ਟਿੰਡ ਤੇ ਵਿੱਚ ਪਾ ਟਿੰਡ ਵਾੜੇ ਵਿੱਚ ਚੈੱਕ ਕਰਕੇ ਆ ਭਾਬੀ ਦੇ ਅੰਦਰ ਕੇ ਭਤੀਜੇ ਸਾਡੇ ਨੂੰ ਨਾੜ ਤੇ ਨਹੀਂ ਫੜ ਕੇ ਬੈਠਾ ਕੋਈ ਖੋਤੀ ਦੇ ਆ ਅਲਟਰਾਸਾਉਂਡ ਵਿੱਚ ਆਈ ਪ੍ਰੋਬਲਮ ਤੇ ਤੂੰ ਵਲੌਗ ਬਣਾ ਜਿਹੜੇ ਤੈਨੂੰ ਮੈਂ ਕੰਮ ਨਹੀਂ ਦਿੱਤਿਆ ਬਾਵਾ ਟੋਂਗਰ ਟਿੰਡ ਤੇ ਤੇਲ ਲਾ ਤੇ ਵੇਖੋ ਕੰਮ ਕੀ ਯਾਰ ਮੈਨੂੰ ਹਰਾਣ ਗਿਆ ਦੀ ਆ ਵੇਖੋ ਹਾਂਜੀ ਅੱਜ ਸ਼ਾਇਦ ਉਹ ਦਿਨ ਆ ਚੁੱਕਾ ਹੈ ਜਿਸ ਦੀ ਮੈਨੂੰ ਉਮੀਦ ਸੀ ਪੱਕਾ ਨਹੀਂ ਬਸ ਸਾਈਂ ਸ਼ਾਇਦ ਬੋਲਿਆ ਮੈਂ ਕਿਉਂਕਿ ਥੋੜੀ ਥੋੜੀ ਇਹਨਾਂ ਦੀ ਪੇਨ ਹੋ ਰਹੀ ਹੈ ਪੇਨ ਹੋ ਰਹੀ ਤੇ ਅੰਨੀ ਦੇ ਨੂੰ ਮਾਂ ਨੂੰ ਰੋਡਾਂ ਤੇ ਉਹਦੀਆਂ ਝਾਕੀਆਂ ਕਢਾਣ ਦੇ ਹਸਪਤਾਲ ਜਾ ਕਿਸੇ ਦਾਈ ਨੂੰ ਕੋਲ ਬਿਠਾ ਸਿਆਣੇ ਬੰਦੇ ਨੂੰ ਤਾ ਉਹਨੂੰ ਰੋਡ ਤੇ ਲੈ ਕੇ ਮਾਣ ਦੇ ਗੱਡੀ 'ਚ ਲੈ ਕੇ ਜੁੱਤੀ ਮੇਰੀ ਬੜੀ ਗੰਦੀ ਏ ਉਸ ਕੋਤੀ ਦੇ ਵਿੱਚ ਹੀ ਹੈ ਕੋਟ ਹਸਪਤਾਲ ਚਲ ਜਾ ਤੋਂ ਨੂੰ ਰੋਡਾਂ ਤੇ ਘੁਮਾ ਰਿਆ ਮਾਂ ਨੂੰ ਕੋਲ ਬਿਠਾ ਕੇ ਉਹਦੇ ਪੇਨ ਹੋ ਰਹੀ ਏ ਓਏ ਅਸੀਂ ਭੈਣ ਕੋ ਡਾਕਟਰ ਚਾਏ ਜਾਂ ਅਸੀਂ ਡਿਲੀਵਰੀ ਕਰਨੀ ਐ ਹਸਪੀਟਲ ਤੇ ਆਈ ਹੋਪਸੋ ਸਾਰਾ ਕੁਝ ਵਧੀਆ ਹੋਵੇ ਤੁਸੀਂ ਵੀ ਸਾਰੇ ਨੇ ਪ੍ਰੇ ਕਰਿਓ ਕਿ ਸਾਰਾ ਕੁਝ ਵਧੀਆ ਹੋਵੇ ਲੋ ਜੀ ਕਰ ਦਨੇ ਪ੍ਰੇ ਬਾਬਾ ਜੀ ਫਿਰ ਉਹਨਾਂ ਸਾਰੇ ਕਾਕਾ ਸਹੀ ਸਲਾਮਤ ਹੋਵੇ ਬਾਬਾ ਜੀ ਬਾਬਾ ਜੀ ਵਾ ਕੱਡਾ ਤੋਂ ਸਾਡੀ ਭੂਆ ਦਾ ਮੁੰਡਾ ਦਾ ਸਾੜਾ ਤੁਸੀਂ ਵੀ ਪ੍ਰੇ ਕਰਿਓ ਸਾਰਾ ਬਾਤ ਦਾ ਪਾਲਾ ਮੰਗੀਦ ਚਲੋ ਠੀਕ ਉਹ ਚ ਸਾਰੇ ਆ ਜਾਂਦੇ ਨੇ ਹੁਣ ਕੱਲੇ ਕੱਲੇ ਦੇ ਨਾਮ ਲੈ ਕੇ ਨਹੀਂ ਪ੍ਰੇ ਕਰਨ ਹੁੰਦੀ ਕਿ ਫੋਨਾਂ ਸਾਮ ਦੇ ਆ ਹੋ ਜੇ ਪਿੰਦਰ ਭਵਨ ਦੇ ਸੋਈ ਸਾਮ ਦੇ ਬੱਚਾ ਹੋਵੇ ਕਿੰਮੀ ਭਵਨ ਦੇ ਕਿਉਂ ਨਹੀਂ ਬੱਚਾ ਹੋ ਰਿਹਾ ਰੱਬਾ ਜਲਦੀ ਜਲਦੀ ਉਹ ਉਹਨਾਂ ਦੇ ਹੱਥ ਵਾਸੇ ਹੀ ਆ ਗੱਲ ਸੁਣੋ ਅਗਲੀ ਜਲਦੀ ਜਲਦੀ ਮੈਨੂੰ ਵੀ ਗੁੱਡ ਨਿਊਜ਼ ਮਿਲੇ ਤੇ ਆਪਾਂ ਵੀ ਤੁਹਾਨੂੰ ਸਾਰਿਆਂ ਨੂੰ ਗੁੱਡ ਨਿਊਜ਼ ਦਈਏ ਤੇ ਵਲੌਗ ਵੀ ਆਉਂਦਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਉਹ ਤੇ ਭਾਜੀ ਤੇ ਇਹ ਦੱਸਣਾ ਤੇ ਵਲੌਗ ਤੇ ਪਹਿਲੇ ਨੰਬਰ ਤੇ ਦੱਸਣਾ ਹੈ ਵਲੌਗ ਦੀ ਇਹ ਨਾ ਟੈਨਸ਼ਨ ਤੁਸੀਂ ਲੋਪੀ ਵਲੌਗ ਤੁਸੀਂ ਕੀ ਕਹਿ ਰਿਹਾ ਸੀ ਦਵਾਰਾ ਸੁਣਿਆਸਤੋ ਸੈਕਟਿਵ ਆ ਅਸੀਂ ਐਕਟਿਵ ਆ ਤੈਨੂੰ ਵੀ ਐਕਟਿਵ ਹੋ ਮੈਨੂੰ ਪਤਾ ਹੈ ਖੋਤੀ ਦੇ ਬੱਚਿਓ ਯਾਰ ਕੀ ਓਏ 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 ਆ ਕੀ ਕੱਲ ਸੱਚ ਦੀ ਮਟਾਰਾ ਨੂੰ ਇਹਨਾਂ ਨੂੰ ਮਿਲਣ ਗਏ ਆ ਵੇ ਹਸਪਤਾਲ ਤੂੰ ਮੈਨੂੰ ਗਿਫਟ ਨਹੀਂ ਦੇਣਾ ਫਿਰ ਕੋਈ ਤੂੰ ਮੈਨੂੰ ਚੱਲ ਠੀਕ ਹੈ ਹੈ ਗਿਫਟ ਗਿਫਟ ਕੋਈ ਨਹੀਂ ਦੇਣਾ ਤੇ ਫਿਰ ਕੋਈ ਨਹੀਂ ਫਿਰ ਮੈਂ ਕੋਈ ਲ ਲਈ ਗਿਫਟ ਮੈਂ ਸੂਟ ਨਹੀਂ ਲਿਆਕ ਦਿੰਦਾ ਤੈਨੂੰ ਲੋਹੜੀ ਤੇ ਲੈ ਮੰਗਣ ਦੀ ਅੱਗੇ ਬਣੀਆਂ ਚੀਜ਼ਾਂ ਤੁਸੀਂ ਲੈ ਕੇ ਦਿੰਦੇ ਨਾ ਜਿਹੜੀ ਚੀਜ਼ ਮੈਂ ਕਹਿੰਨੀ ਉਹ ਤੇ ਮੈਨੂੰ ਤੁਸੀਂ ਦਿੰਦੇ ਨਹੀਂ ਸੂਟੀ ਲੈ ਕੇ ਦਿੰਦੇ ਰਹਿੰਦੇ ਮੈਂ ਅਸਲ ਤੁਹਾਨੂੰ ਇਹ ਕਲਿੱਪ ਤਾਂ ਦਿਖਾਈ ਆ ਆ ਖੋਤੀ ਦਾ ਬੱਚਾ ਬੈਠਾ ਵੇਖੋ ਕਿੰਦਾ ਮਾ ਦੀ ਚੰਗੀ ਤਰ੍ਹਾਂ ਵੇਖੋ ਵੀਡੀਓ ਕਿਦਾਂ ਬਣਾ ਰਿਹਾ ਆ ਆਪਣਾ ਪਰਾ ਪੈਰਾਂ ਪਰ ਬੈਠਾ ਕਮਣੋ ਬਹਿ ਵੈਨ ਦੋ ਮੜਾ ਜਾ ਪੈਰਾ ਪੈਰਾ ਪਰ ਬੈਠਾ ਐਡਾ ਕਰਕੇ ਨਾ ਤੇ ਉਹ ਕੋਲ ਬੈਠੀ ਐ ਤੇ ਇਹ ਉਹਦੀ ਵੀਡੀਓ ਬਣਾ ਰਿਹਾ ਇਹ ਕੀ ਕੀ ਹੈ ਕੀ ਕੀ ਦੱਸੀ ਪਿੰਸਾਲਿਆ ਆ ਪਿਓ ਨੂੰ ਥੱਲੇ ਰੱਖ ਤੇ ਮਾਂ ਨਾਲ ਉਦਾਂ ਗੱਲ ਕਰਨਾ ਸੰਦੀਪ ਕੀ ਕਿਹਾ ਵੇ ਬੀਸ ਹਰ ਰਾ ਰਾ ਮਦਿਆ ਰਾਤ ਨੂੰ ਵੀ ਤੇ ਕਰਦਾ ਜਦੋਂ ਉਹ ਵਿਚਾਰੀ ਮੈਂ ਕੀ ਕਾਵਾਂ ਖੋਲ ਕੇ ਸਾਲ ਫਿਰ ਕਹਿੰਦੇ ਗੰਨੀਆਂ ਗਾਲਾਂ ਘੜਦੇ ਨੇ ਗੰਨੀਆਂ ਗਾਲਾਂ ਤੋਂ ਸੁਣਦੇ ਉਹ ਉਹ ਵੀ ਰਾਤ ਨੇ ਤੇ ਬੈਠਾ ਹੁੰਦਾ ਜਦੋਂ ਕਰ ਹੋ ਜੀ ਆ ਆਜੋ ਓਏ ਆਓ ਇੱਕ ਮਿੰਟ ਸੰਦੀਪ ਵੀਡੀਓ ਬਣਾਉਣ ਦੇ ਪਹਿਲਾਂ ਅਰੇ ਸ਼ਰਮ ਆ ਦੇਰੇ ਉਹ ਖੋਲ ਯਾ ਕੀ ਕਰਦੀ ਨਹੀਂ ਖੋਲ ਤੂੰ ਵੀ ਢਿੱਲੀ ਰਹੀ ਥੋੜੀ ਮਜ਼ਾ ਆਦਾ ਰੱਖੀਏ ਇਹ ਗਰ ਹਦੈ ਯਾਰ ਸਾ ਨੂੰ ਯਾਰ ਵਰੀ ਕਾਹਨਾਂ ਨੇ ਮਰੇ ਆਦਾ ਰੱਖੋ ਉਹਨਾਂ ਨੂੰ ਨਹੀਂ ਕਹਦੇ ਜਿਹੜੇ ਆ ਗੰਦੇ ਕੰਮ ਕਰਦੇ ਨੇ ਮੰਮੀ ਜਣੀ ਵੇਲੇ ਰੈਡੀ ਹੋ ਕੇ ਆਗਦਾ ਇਧਰ ਆ ਜੇ ਸੰਦੀਪ ਹਣੀ ਨਹੀਂ ਰੈਡੀ ਹੈ ਆ ਪਿਓ ਨੂੰ ਜੇਬ ਵਿੱਚ ਪਾ ਉਹ ਵੀ ਤਿਆਰ ਹੋ ਜੇਗੀ ਅੰਨੀ ਅੰਨੀ ਤੇ ਆ ਬਾਥਰੂਮ ਤੇ ਜਾਵੇ ਪਿੱਛੇ ਪਿੱਛੇ ਹੈ ਸੰਦੀਪ ਸੰਦੀਪ ਟੱਟੀ ਕਰਨ ਜਾਵੇ ਸੰਦੀਪ ਸੰਦੀਪ ਉਹਨੂੰ ਭੈਜੋ ਇਹਨਾਂ ਨੇ ਪੱਦ ਫੁੱਸੀਆਂ ਮਾਰਨ ਤੋਂ ਵਿਚਾਰੀ ਨੂੰ ਤੰਗ ਕੀਤੀ ਸੰਦੀਪ ਉਥੇ ਤਿਆਰ ਹੋਵੇ ਮਾਂ ਤੇਰੀ ਤਾਂ ਤਿਆਰ ਹੋਈ ਤੇ ਪਿੱਛੇ ਕੋਈ ਤੇਰੇ ਵਰਗੀ ਖੱਤ ਨਹੀਂ ਨਾ ਝੂਠ ਬਿਲਕੁਲ ਆਪਨੇ ਮੇਰੇ ਦਿਲ ਕੀ ਬਾਤ ਬਤਾ ਤੇ ਅਹੀਂ ਸੋਚਦੇ ਵੀ ਕਰਨਦੀ ਦੀ ਹੁਣ ਉਹਨੂੰ ਨਾਲ ਲੈ ਜਾਾਂਗੇ ਪਰ ਤੇ ਉਹ ਉਹਨਾਂ ਨੇ ਫੋਨ ਨਹੀਂ ਚੱਕਿਆ ਵੀ ਸਵੇਰ ਤੇ ਨਹੀਂ ਫੋਨ ਕਰਨਾ ਆਪਾਂ ਉਹਨਾਂ ਨੂੰ ਜਦੋਂ ਬੰਦਾ ਵਿਆਹ ਜਾਂਦਾ ਨਾ ਵਾਕਿਆ ਜੋਰੂ ਪੱਕ ਲੰਭਾ ਜਾਂਦਾ ਸਾਰੇ ਮਰਦ ਨਹੀਂ ਕੁਝ ਕੁ ਬੰਦੇ ਜਿਦਾਂ ਦਾ ਦੀਮ ਮਠਾ ਦਾ ਛੁੱਡੂ ਵਰਗਾ ਆਪਣੀ ਭੈਣ ਦੇ ਸਾਹਮਣੇ ਕਾਹਦੀ ਭੈਣ ਦਾ ਘਰ ਉਹਦੇ ਸਾਹਮਣੇ ਗੱਡੀ ਲਾ ਕੇ ਖੜਾ ਤੇ ਕਹਿੰਦਾ ਮੇਰੀ ਭੈਣ ਫੋਨ ਨਹੀਂ ਚੱਕਣ ਦੀ ਕਿਉਂਕਿ ਉਹਨਾਂ ਦੇ ਨਾ ਕਾਡੀ ਜੇ ਲੱਗਾ ਜਿਆਦਾ ਆਵਾਜ਼ ਤੇ ਅਸੀਂ ਤੂੰ ਉਧਾਂ ਲੈ ਕੇ ਜਾਨਾ ਕਿਰਨ ਦੀਦੀ ਨੂੰ ਪਰ ਹੁਣ ਫੋਨ ਲਾਉਣੇ ਤੇ ਫੋਨ ਹੀ ਨਹੀਂ ਚੱਕਦੀ ਵੀ ਉਹਦੇ ਘਰ ਦੇ ਸਾਹਮਣੇ ਖੜੇ ਹਰਾਮ ਦੇ ਕਲਾ ਮਤੇ ਆ ਗੱਡੀ ਚ ਉਤਰ ਭੈਣ ਜਦੋਂ ਤੇ ਦਰਵਾਜ਼ਾ ਖੜਕਾ ਕੇ ਕਹਿ ਕਰਨ ਦੀ ਦੀ ਅਸੀਂ ਆ ਗਏ ਚਲੋ ਚੱਲੀਏ ਪਰ ਨਹੀਂ ਉਹਦਾ ਦਿਲ ਨਹੀਂ ਆਣਾ ਜਿਹੜੇ ਨਾਲ ਬੈਠੀ ਸੰਦੀਪ ਉਹਦਾ ਦਿਲ ਨਹੀਂ ਆਣਾ ਵੀ ਨਾਲ ਲੈ ਕੇ ਜਾਈ ਤੇ ਬਹਨਾ ਮਾਰ ਚੜੇ ਅਸੀਂ ਤੋਂ ਡੇਟ ਦੇ ਸਾਹਮਣੇ ਆਏ ਤੇ ਆਹੀ ਘਰ ਦੇ ਸਾਹਮਣੇ ਆਈ ਤੈਨੂੰ ਫੋਨ ਵੀ ਲਾਇਆ ਫੋਨ ਨਹੀਂ ਚੱਕਿਆ ਕਿੱਡੀ ਦੁਨੀਆ ਰਾਮੀ ਹੈ ਨਾਲ ਉਂਗਲਾ ਕਰਾਂਦੀ ਹੁੰਨੀ ਸੰਦੀਪ ਵੀ ਅਹੀ ਨਹੀਂ ਲੱਗਿਆ ਨੱਕ ਰੰਦੀ ਦੀ ਉਹ ਪਿੱਛੇ ਬੈ ਕੇ ਕਰਦੀ ਰਹਿੰਦੀ ਸਾੜੀ ਜੜੀ ਗੱਲ ਤੇ ਕੋਈ ਕਰਦੀ ਨਹੀਂ ਜਿਹੜੀ ਗੱਲ ਪੁੱਛਣ ਇਹ ਮਾੜੇ ਹਾਲਾਤ ਨੇ ਵੇਖਿਓ ਕੀ ਹੁੰਦਾ ਨੋਟ ਕਰਿਆ ਕੁਛ ਹੁਣ ਨੋਟ ਕਰਿਓ ਬਸ ਕੀ ਹੁੰਦਾ ਹੈ ਸੰਦੀਪ ਤੇ ਕੋਲ ਵਿਚਾਰੀ ਵੇਖ ਰਸਦੀ ਹੁੰਨੀ ਛੁੱਡੇ ਰਿਆਂ ਤੂੰ ਫੇਰ ਵੀ ਖੜਾ ਹੋਣ ਡਿਆ ਤੇਰਾ ਤੇ ਖਤਮ ਇੱਕ ਜਿਗੇ ਤੇ ਫੇਵਰੇਟ ਆ ਆਪਣੇ ਤਾਂ ਬਹੁਤ ਜ਼ਿਆਦਾ ਇੱਥੇ ਕਾਫੀ ਜ਼ਿਆਦਾ ਵਿਕਦੇ ਹਨਾ ਸੰਦੀਪ ਬਟਾਲੇ ਤੂੰ ਆ ਕੇ ਜਲੰਧਰ ਆਪ ਚੜ ਜਾ ਖਾਣ ਦੇ ਤੋਂ ਪੁੱਛਣ ਡਿਆ ਹਨਾ ਸੰਦੀਪ ਇੱਥੇ ਬੜੇ ਵਿਕਦੇ ਗੱਡਾ ਸੰਦੀਪ ਦਾ ਏਰੀਆ ਰਿਆਂ ਨਾ ਮੰਗਣ ਵਾਲਾ ਸੰਦੀਪ ਤੇ ਇੱਥੇ ਜੁੰਡੇ ਖਲਾੜ ਕੇ ਵਾਲ ਅੱਲਾ ਦੇ ਨਾਮ ਪਰ ਦੇਦੇ ਬਸਾਂ ਦੇ ਪਿੱਛੇ ਭਜਦੀ ਹੁੰਦੀ ਸੀ ਨਾ ਉਹਨੂੰ ਵਿਚਾਰੀ ਨੂੰ ਕੀ ਪਤਾ ਹੈ ਕਟਾਉ ਨੇ ਉਹ ਵੀ ਕਮਿਸ਼ਨਾਂ ਘਲਾਟੀ ਬਣ ਜਾਂਦੀ ਕੋਈ ਵੀ ਗੱਲ ਪੁੱਛਣਾ ਹਾਂ 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 ਬੜੇ ਵਿਕਦੇ ਬੜੀ ਵਿਕਦੇ ਬੈਠੀ ਰਹਿ ਤੂੰ ਅੱਡਾ ਤੂੰ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਖੋਤੀ ਦੀ ਬੱਚੀ ਜਿੱਦਾਂ ਇਹਨੇ ਰੇੜੀਆਂ ਲਵਾਈ ਹੁੰਦੀ ਨਾ ਮਿਊਨਿਸਪਲ ਕਮੇਟੀ 'ਚ ਲੱਗੀ ਹੁੰਦੀ ਐ ਅਚਾਰ ਤਾ ਤੂੰ ਰੇੜੀ ਇੱਥੇ ਲਾਏਗਾ ਉਹ ਮੁਰਦ ਵਾਲੇ ਤੂੰ ਉਹਦੇ ਲੈ ਜਾ ਤੇ ਇਹਨਾਂ ਦੇ ਬਾਈ ਹੁਣਾਂ ਦੇ ਬੇਬੀ ਹੋਇਆ ਇਹ ਬਾਈ ਉਹਨਾਂ ਦੇ ਬੇਬੀ ਹੋਇਆ ਮੈਂ ਤਾਂ ਸਮਝਦਾ ਰਿਆਂ ਫਿਓਨਾਂ ਦੀ ਬੀਵੀ ਹੋਇਆ ਜਿਹੜੇ ਨਹੀਂ ਕਹਿੰਦੇ ਵੀ ਬੇਬੀ ਦੇ ਕਾਲੇ ਆ ਮਾਨ ਉਹ ਅੰਨੀ ਰਿਆ ਉਹ ਤਕਰੀਬਨ ਤੇਰੇ ਤੋਂ 500 ਸਾਲ ਬਾਅਦ ਜੰਮੀ ਐ ਫਿਓ ਉਹਦਾ ਨਾਂ ਲੱਲਾ ਫਿਓਨਾ ਕਹ ਕੋਈ ਹੋਰ ਕੁਝ ਕਹਿਲਾ ਪਰ ਨਹੀਂ ਭਾਜਦੇ ਆਪਣੇ ਆਪ ਜੋ ਮੁੰਡੇ ਵਾਲੀ ਫੀਲਿੰਗ ਲੈ ਜਾਂਦੇ ਨੇ ਉਹ ਉਹਦੀ ਉਹਦੀ ਜਨਰੇਸ਼ਨ ਦਾ ਬੰਤ ਹੈ ਉਹਨੂੰ ਭਾਬੀ ਕਹਿ ਕੇ ਨਾ ਬੁੱਢਾ ਐ ਤੂੰ ਜੋ ਮੇਰੇ ਕੋ ਮੋਦੀ ਹੁੰਦੇ ਨਾ ਤੇਰੇ ਮੈਂ ਗਾਲਾਂ ਪਵਾਣੀਆਂ ਸੀ ਉਹ ਆ ਗਿਆ ਮੋਦੀ ਜੀ ਨੂੰ ਗਾਲਾਂ ਕੱਢੋ ਅੰਗੇਨ ਖਾਤ੍ਰਮ ਨਯਨੇ ਵਕਤਰਮ ਨਯਾਏਨ ਰਾਜਯਮ ਲਵੜੇਨ ਭੂਜਯਮ ਲੱਗੀ ਸਮਝ ਐ ਲੋੜੇ ਜਮ ਪਤਾ ਨਹੀਂ ਕੀ ਕਹਦਾ ਯਾਰ ਅੱਛਾ ਦੀ ਮਠਰੂ ਭਾਜੀ ਅਗਲੀ ਚਵਲ ਜਲਦੀ ਮਾਰੋ ਮੈਂ ਵੀ ਨਹੀਂ ਕਹਿੰਦੇ ਵੀ ਬੇਬੀ ਦੇ ਕਾਲੇ ਆ ਵਾਲ ਆ ਕੀ ਚਵਲ ਮਾਰ ਛੱਡੀ ਭਾਬੀ ਕਹਿੰਦੀ ਬੇਬੀ ਦੇ ਕਾਲੇ ਆ ਵਾਲ ਉਹ ਤੇ ਚਿੱਟੇ ਵਾਲਾ ਬੇਬੀ ਵੀ ਕੋਈ ਹੁੰਦਾ ਅੰਨੇ ਅੰਨੇ ਸਾਰਿਆਂ ਦੇ ਕਾਲੇ ਵਾਲ ਹੀ ਹੁੰਦੇ ਬੇਬੀਆਂ ਦੇ ਜਦੋਂ ਪੈਦਾ ਹੁੰਦਾ ਬੱਚਾ ਉਹ ਤੇ ਕਾਲੇ ਵਾਲ ਹੀ ਹੁੰਦੇ ਨੇ ਕਿ ਤੇਰੀ ਭਾਬੀ ਦਾ ਕੋਈ ਬੇਬੀ ਨਾ ਚਿੱਟੇ ਵਾਲਾ ਹੋਵੇ ਮੂਝੇ ਕ੍ਰੈਡਿਟ ਨਹੀਂ ਚਾਹੀਏ ਲੱਗੀ ਤਾਂ ਮੈਨੂੰ ਇਹ ਬੜਾ ਟੈਕਨੀਕਲ ਜਿਹਾ ਜੋਗ ਸੀ ਅੱਛਾ ਬਾਈ ਜੀ ਹੁਣੇ ਕਹਿ ਰਹੇ ਆਪਣਾ ਟਾਈਮ ਨਹੀਂ ਲੱਗਾ ਹਣਾ ਵੀ ਅਪਲੋਡ ਕਰਨ ਦਾ ਨਹੀਂ ਟਾਈਮ ਲੱਗਾ ਇਹ ਟਾਈਮ ਨਹੀਂ ਲੱਗਾ ਉਹ ਇਹਦੇ ਸਹੀ ਕਹਿਣਾ ਮੇਰਾ ਟਾਈਮ ਨਹੀਂ ਲੱਗਾ ਦੁਬਾਰਾ ਉਹ ਕਲਿੱਪ ਦਿਖਾਓ ਮੈਨੂੰ ਬਾਈ ਜੀ ਹੁਣੇ ਕਹਿ ਰਹੇ ਆਪਣਾ ਟਾਈਮ ਨਹੀਂ ਲੱਗਾ ਹਣਾ ਵੀ ਅਪਲੋਡ ਕਰਨ ਦਾ ਨਹੀਂ ਟਾਈਮ ਲੱਗਾ ਇਹ ਸਾੜੇ ਸ਼ਰ ਸ਼ਰੇ ਬਝੂਟ ਬੋਲਣ ਦੇ ਦੋ ਦਿਨਾਂ ਚ ਚਾਰ ਬਲੋਗ ਅਪਲੋਡ ਕਰਤੇ ਨੇ ਅਜੇ ਕਹਿੰਦਾ ਮੇਰਾ ਟਾਈਮ ਮੈਨੂੰ ਨਹੀਂ ਲੱਗਾ ਸਿੱਧਾ 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 ਭੈਣ ਜਦੋਂ ਝੂਠ ਬੋਲੀ ਜਾਂਦੇ ਦੋ ਦਿਨਾਂ ਚ ਚਾਰ ਵਲੋਗ ਤੇ ਕਹਿੰਦਾ ਮੇਰਾ ਟਾਈਮ ਨਹੀਂ ਲੱਗਾ ਇਹ ਕਿਨੇ ਫਿਰ ਅਪਲੋਡ ਕਰਤੇ ਨੇ ਮੂਝੇ ਕ੍ਰੈਡਿਟ ਨਹੀਂ ਚਾਹੀਏ ਤੂੰ ਉਹ ਵੇਚਾਇਆ ਕਰ ਪਹਿਲਾ ਮੂਝੇ ਕ੍ਰੈਡਿਟ ਨਹੀਂ ਚਾਹੀਏ ਤੈਨੂੰ ਕਿਹਾ ਕਿ ਤੂੰ ਥੋੜਾ ਅਪਲੋਡ ਕੀਤੇ ਨੇ ਉਹਨਾਂ ਨੂੰ ਮੈਂ ਪੁੱਛ ਰਿਹਾ ਕਿਨੇ ਅਪਲੋਡ ਕੀਤੇ ਨੇ ਫਿਰ ਇਹਨੇ ਨੇ ਜੇ ਕਿਹਾ ਕਹਿੰਦਾ ਮੇਰਾ ਟਾਈਮ ਨਹੀਂ ਲੱਗਾ ਕਿਤੇ ਭਾਬੀ ਦਾ ਕੋਈ ਹੋਰ ਬੇਬੀ ਤੇ ਨਹੀਂ ਆ ਉਹ ਵੀ ਚਿੱਟੇ ਵਾਲਾ ਵਾਲਾ ਕੋਤੀ ਦੇ ਬੱਚੇ ਯਾਰ ਅਸੀਂ ਵੇਖੋ ਦੀਪ ਬਠਰੂਣ ਨੂੰ ਮੈਂ ਰੋਸਟ ਕਰਦਾ ਪਿਆ ਅਸੀਂ ਦੀਪ ਬਠਰੂਣ ਪਹਿਲੇ ਦਿਨ ਕੋਈ ਸ਼ਰਮ ਕਰੀਦੀ ਹੁੰਦੀ ਹੈ ਬੱਚਾ ਹਨਾ ਸ਼ਰਮ ਕਰ ਲੋ ਯਾਰ ਕਿਸਦਾ ਨਿਊ ਬੌਰਨ ਬੇਬੀ ਏ ਤੁਸੀਂ ਉੱਥੇ ਜਾ ਕੇ ਪਿਆਰ ਦੇ ਕੇ ਆਓ ਬੱਚੇ ਨਾਲ ਟਾਈਮ ਸਪੈਂਡ ਕਰੋ ਉਹਨੂੰ ਗਿਫਟ ਗਿਫਟ ਜੋ ਵੀ ਦੇਣਾ ਹਨਾ ਦੋ ਬੱਚੇ ਕੋਲ ਬੈਠੋ ਉਹਨੂੰ ਟਾਈਮ ਦਿਓ ਪਤਾ ਲੱਗੇ ਮੇਰਾ ਚਾਚੂ ਉਹਦੇ ਨਾਲ ਸਮਝੇਗਾ ਰਿਸ਼ਤਾ ਵੜਾ ਹੋਏ ਸਾਲੇ ਜਾਂਦੇ ਨੇ ਉੱਥੇ ਰਿਸ਼ਤਾ ਕੀ ਵਲੋਗ ਬਣਾਣ ਜਾਂਦੇ ਨੇ ਭੈ ਦੇ ਯਾਰ ਤ ਯਾਰ ਮੈਂ ਉਹੀ ਗੱਲ ਕਰਨ ਡਿਆ ਵੀ ਅਸੀਂ ਦੀਪਠਰਨੂ ਦੀ ਹਰਿਆਣਾ ਖੁੱਦ ਕੁੜੀ ਦੇ ਪਿਓ ਬੱਚੇ ਦੇ ਪਿਓ ਖੁੱਦ ਨੇ ਤਿੰਨ ਬਲੌਗ ਪਾ ਦਿੱਤੇ ਨੇ ਚਾਰ ਮੈਂ ਬਹਿ ਕੇ ਵੇਟ ਕਰਦਾ ਨਾ ਸ਼ਾਇਦ 1 ਮਿੰਟ ਵਾਸਤੇ ਮਤਲਬ ਬੰਦਾ ਚੱਲ ਜਮਾ ਤੇ ਬਲੌਗ ਬਣਾ ਲਿਆ ਵਾ ਕੀ ਬੰਦਾ ਇਹਨਾਂ ਨੂੰ ਸਮਝਾਵੇ ਯਾਰ ਹਸਪਤਾਲ ਵਾਲੇ ਇਹਨਾਂ ਤੂੰ ਤੰਗ ਆਏ ਰੇ ਭੈ ਚ ਡੰਗੜ ਡੰਗੜ ਉੱਪਰ ਡੰਗੜ ਡੰਗੜ ਥਿੱਲੇ ਸਾਲਾ ਕੋਈ ਸੱਜਾ ਖੱਬਾ ਨਹੀਂ ਵੇਦੇ ਕੋਈ ਨਰਸ ਆ ਰਹੀ ਏ ਉਹ ਭੈਣ ਚ ਫਿਓਨਾਂ ਨੂੰ ਹੁਣ ਵੀ ਕੁਝ ਲੱਗ ਰਿਹਾ ਫਿਓਨਾਂ ਨੂੰ ਹੁਣ ਟੀਕਾ ਲੱਗ ਰਿਹਾ ਫਿਓਨਾਂ ਨੂੰ ਹੁਣ ਫੁੱਸੀ ਆ ਗਈ ਫਿਓਨਾਂ ਇੱਕ ਗੱਲਾਂ ਨਹੀਂ ਦਿਖਾਣ ਵਾਲੀਆਂ ਠੀਕ ਹੈ ਤੁਹਾਨੂੰ ਬੱਚੀ ਹੋਈ ਯਾਰ ਮੈਂ ਕਹਿੰਦਾ 100 ਸਾਲ ਦੀ ਉਮਰ ਹੋਵੇ ਰੱਬ ਕਰੇ ਦਿਨ ਦੁਗਣੀ ਰਾਤ ਚੁਗਣੀ ਹੈ ਨਾ ਤਰੱਕੀ ਕਰੇ ਏ ਛੋੜੀ ਗੱਲ ਹੈ ਅੱਛੀ ਗੱਲ ਹੈ ਧੀਆ ਮੈਂ ਕਹਿੰਦਾ ਹਰ ਬੰਦੇ ਕੋਲ ਹੁਣ ਪਰ ਇੱਕ ਵਾਰ ਵੀਡੀਓ ਬਣਾ ਦੋ ਚਦਾ ਦੋ ਵੀ ਸਾਡੇ ਘਰ ਬੱਚੀ ਹੋਈ ਬੀਵੀ ਹੋਈ ਪਰ ਇੱਕ ਆ ਮੈਨਾਂ ਚੰਗਾ ਕੀਤਾ ਜਿਦਾ ਬਾਕੀ ਯੂਟਿਊਬਰ ਨਹੀਂ ਹੁੰਦੇ ਬੰਨ ਚੰਨ ਹੋ ਗਏ ਮੈਂ ਬੜੇ ਇੰਡੀਆ ਦੇ ਯੂਟਿਊਬਰ ਵੇਖੇ ਨੇ ਜਿੱਦੂ ਬੱਚਾ ਹੁੰਦਾ ਨਾ ਫੇਸ ਰਿਵੀਲ ਨਹੀਂ ਕਰਦੇ ਉਦਾਂ ਸਾਲੇ ਕਹਿੰਦੇ ਨੇ YouTube ਸਾਡੀ ਫੈਮਿਲੀ ਹੈ ਭੈਣ ਜਦੋਂ ਟੁੱਟਦੇ ਮੈਂ ਡਾਂਗ ਦਿਨਾ ਸ ਤੂੰ ਹੀ ਤੇ ਸਾਲਿਓ ਕਹਿੰਦੇ ਫੈਮਿਲੀ ਸਾਡੀ ਤੇ ਜਦੋਂ ਫੇਸ ਦਿਖਾਣ ਦੀ ਬੱਚੇ ਦੀ ਵਾਰੀ ਆਉਂਦੀ ਨਾ ਉਦੋਂ ਸਾਲੇ ਮਹੀਨਾ ਮਹੀਨਾ ਲਾਛੜਦੇ ਉਦੋਂ ਕਿਤੇ ਫੈਮਿਲੀ ਥੋੜੀ ਜਾਂਦੀ ਪਰ ਇਹ ਸਗਲੂ ਆ ਐਨਾ ਚੰਗਾ ਕੀਤਾ ਵੀ ਜਿਹੜਾ ਫੇਸ ਦਿਖਾਤਾ ਵੈਸੇ ਵਲੋਗ ਬਣਾਣਾ ਬਿਲਕੁਲ ਗਲਤ ਗੱਲ ਖਾਸ ਕਰਕੇ ਹਸਪੀਟਲਾਂ ਚ ਗੁਰਦੁਵਰਿਆਂ ਚ ਤੇ ਸਕੂਲਾਂ ਯੂਨੀਵਰਸਿਟੀ ਚ ਵਲੋਗ ਬਣਾੜੇ ਗਲਤ ਗੱਲ ਐ ਇਹ ਪਹਿਣ ਚੁੱਤੇ ਯਾਰੇ ਕਿਹੜੇ ਨਵੇਂ ਰਵਾਜ ਫੜ ਲਿਆ ਉਹ ਬੱਚਾ ਇੱਕ ਦਿਨ ਦਾ ਨਹੀਂ ਹੋਇਆ ਜਦੋਂ ਤੂੰ ਇਹ ਸਾਲਾ ਪੰਜਾਬੀ ਵਲੋਗਰ ਮੰਗਤਾ ਉਹਨੇ ਛੇੜ ਪਾਈ ਸੀ ਵੀ ਇੱਕ ਨਵ ਜਵੇਂ ਬੱਚੇ ਨੂੰ ਉਹ ਉਹਨੂੰ ਕਮਾਈ ਦਾ ਜਰੀ ਕੋਈ ਵੀ ਤੁਹਾਡਾ ਰਿਸ਼ਤੇ ਨਾ ਤਾਂ ਉਹਨੂੰ ਭੈਣ ਕਿੱਦਾਂ ਤੁਸੀਂ ਵਰਤਣਾ ਹੈ ਉਹਨੂੰ ਇਨਸਾਨ ਨਹੀਂ ਉਹਨੂੰ ਨੰਬਰ ਸਮਝਣਾ ਹੈ ਇਹ ਸਾਰੇ ਨੰਬਰ ਸਮਝਦੇ ਨੇ ਸਮਝਿਆ ਗੱਲ ਮੇਰੀ ਨੰਬਰ ਇਹਨਾਂ ਵਾਸਤੇ ਨੰਬਰ ਨੇ ਕੋਈ ਯਾਰੀ ਦੋਸਤੀ ਨਹੀਂ ਕੋਈ ਭੈਣ ਭਰਾੜੀ ਨਾ ਵਾਸਤੇ ਨੰਬਰ ਵੀ ਉਹ ਸਾਰਾ ਕੁਝ ਮੈਟਰ ਕਰਦਾ ਭੈਣ ਚੋਦੋ ਕੋਸ਼ ਤੇ ਬਖਸ਼ ਦੋ ਯਾਰ ਤੁਸੀਂ ਕੀ ਸਾਲਿਓ ਉਹ ਅੱਜ ਦੀ ਮਠਰੂ ਗਿਆ ਮੈਂ ਵੇਖਿਆ ਸਾਰਾ ਵਲੌਗ ਨੇ ਦਾ ਜਿਹੜਾ ਜਿਹੜਾ ਵੇ ਇਹਦੇ ਚ ਪੁੱਛਣ ਡੇ ਦਰਦ ਤੇ ਨਹੀਂ ਹੁੰਦਾ ਕਿ ਨੱਕ ਟੇਗਾ ਕਿੱਥੇ ਲੱਗਦਾ ਸੰਦੀਪ ਪੁੱਛਣ ਡੀ ਉਹਦ ਗਲੋ ਕਿ ਨੱਕ ਟੇਗਾ ਲੱਗਦਾ ਹੈ ਦਰਦ ਨਹੀਂ ਦਿਨ ਨਾਲ ਫੀਲ ਕਰ ਰਹੀ ਏ ਭੈਣੀ ਐ ਜਦੋਂ ਹੋਏਗਾ ਤੇਰੇ ਉਦੋਂ ਫੀਲ ਕਰ ਲਈ ਪਹਿਲੇ ਹੀ ਉਹਦੀ ਗੱਲਾਂ ਸੋਚੀ ਅਜੀਬ ਗੱਲ ਐ ਬਾਕੀ ਪਿੱਛੇ ਜਿਹੜੀ ਫੋਟੋ ਨਹੀਂ ਲੱਗੀ ਆ ਇਹ ਕੋਈ ਸਾਡੇ ਰਾਜ ਇਹ ਗੁਰੂਆਂ ਦੀ ਫੋਟੋ ਨਹੀਂ ਐ ਇਹ ਰਾਜੇ ਮਹਾਰਾਜੇ ਦੀ ਫੋਟੋ ਐ ਇਸ ਕਰਕੇ ਇਹਨੂੰ ਕੋਈ ਵਿਵਾਦ ਨਾ ਬਣਾਇਓ ਬਾਕੀ ਜੇ ਤੁਸੀਂ ਚਾਹਦੇ ਫੋਟੋ ਮੈਂ ਵੈਸੇ ਕੋਈ ਟੋਕੜ ਨਹੀਂ ਐ ਕਿਉਂਕਿ ਜੇ ਅਸੀਂ ਨਾ ਆਪਣੇ ਬੱਚਿਆਂ ਨੂੰ ਦੱਸਿਆ ਫੋਟੋ ਆ ਜਰੀਏ ਪੀ ਆ ਸਾਡੇ ਹੀਰੋ ਸੀ ਇਹ ਸੀ ਮੈਂ ਪਹਿਲਾਂ ਫਿਰ ਕਹਿਣ ਡਿਆ ਇਹ ਸਾਡੇ ਗੁਰੂ ਨਹੀਂ ਐ ਇਹ ਹੀਰੋ ਨੇ ਰਾਜੇ ਮਹਾਰਾਜੇ ਨੇ ਇਹਨੂੰ ਵਿਵਾਦ ਨਾ ਬਣਾਇਆ ਪਰ ਫਿਰ ਵੀ ਜਗ੍ਹਾ ਇਹ ਭੈਣ ਭਰਾ ਨੂੰ ਪ੍ਰੋਬਲਮ ਹੋਈ